ਅਮਰੀਕਾ ਦੀ ਉਪ ਰਾਸ਼ਟਰਪਤੀ ਕਾਮਲਾ ਹੈਰਿਸ ਆਪਣੇ ਪਤੀ ਸਮੇਤ ਕਈ ਮਹੀਨਿਆਂ ਦੀ ਮਰਮਦੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਆਪਣੇ ਅਧਿਕਾਰਤ ਨਿਵਾਸ ਵਿੱਚ ਦਾਖਲ ਹੋਏ ਹਨ ਸੂਤਰਾਂ ਅਨੁਸਾਰ ਡੈਮੋਕ੍ਰੇਟ ਕਾਮਲਾ ਹੈਰਿਸ ਆਪਣੇ ਪਤੀ ਡੱਗ ਐਮਹੋਫ ਦੇ ਨਾਲ ਮੰਗਲਵਾਰ ਰਾਤ ਨੂੰ ਨੰਬਰ 1 ਆਬਜ਼ਰਵੇਟਰੀ ਸਰਕਲ ਵਿੱਚ ਚਲੇ ਗਏ ਹਨ ਹੈਰਿਸਨ ਆਬਜ਼ਰਵੇਟਰੀ ਦੇ ਮੈਦਾਨਾ ਵਿੱਚ 9150 ਵਰਗ ਫੁੱਟ ਕਰ ਵਿੱਚ ਰਹਿਣ ਵਾਲੀ 8ਵੀਂ ਉਪ ਰਾਸ਼ਟਰਪਤੀ ਹੈ ਵਾਈਟ ਹਾਊਸ ਦੀ ਅਧਿਕਾਰਿਤ ਵੈਬਸਾਈਟ ਦੇ ਅਨੁਸਾਰ ਮਹਾਰਾਣੀ ਐਨ ਸਟਾਈਲ ਦਾ ਇਹ 6 ਬੈੱਡਰੂਮ ਵਾਲਾ ਘਰ ਯੂਐਸ ਨੇਵਲ ਆਬਜ਼ਰਵੇਟਰੀ ਦੇ 72 ਏਕੜ ਦੇ ਮੈਦਾਨ ਵਿੱਚ 12 ਏਕੜ ਵਿੱਚ ਹੈ ਇਸ ਨੂੰ ਸਭ ਤੋਂ ਪਹਿਲਾਂ 1974 ਵਿੱਚ ਉਪ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਵਜੋਂ ਰੱਖਿਆ ਗਿਆ ਸੀ ਅਗਲੇ 4 ਸਾਲਾਂ ਲਈ ਸਰਕਾਰ ਦੁਆਰਾ ਉਸ ਦੀ ਰਿਹਾਇਸ਼ ਲਈ ਅਦਾਇਗੀ ਕਰਨ ਦੇ ਨਾਲ ਹੈਰਿਸ ਹੁਣ ਆਪਣੀ ਵਾਸ਼ਿੰਗਟਨ ਦੀ ਰਿਹਾਇਸ਼ ਨੂੰ 1.995 ਮਿਲੀਅਨ ਡਾਲਰ ਵਿੱਚ ਵੇਚ ਰਹੀ ਹੈ ਆਪਣੇ 100 ਦਿਵਸ ਤੋਂ ਹੈਰ ਇਸ ਅਤੇ ਐਮ ਹਾਫ ਵਾਈਟ ਹਾਊਸ ਤੋਂ ਗਲੀ ਦੇ ਪਾਰ ਬਲੇਅਰ ਹਾਊਸ ਵਿੱਚ ਰਹਿ ਰਹੇ ਸਨ ਕਿਉਂਕਿ ਅਧਿਕਾਰਿਤ ਉਪ ਰਾਸ਼ਟਰਪਤੀ ਨਿਵਾਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ